ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 ਸਟੱਡੀ ਪੁਆਇੰਟ 'ਤੇ। ਸੋ ਅੱਜ ਦੀ ਤੁਹਾਡੇ ਲਈ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ। ਵੀਡੀਓ ਦੇ ਵਿੱਚ ਜਿਵੇਂ ਜਿਹੜੇ ਦੋਸਤ PSPCL 2500 ਏਲਮ ਜਾਂ PSPCL ਅਪ੍ਰੈਂਟਿਸ਼ਿਪ ਜਾਂ PSTCL ਅਤੇ ਇਲੈਕਟ੍ਰੀਕਲ ਦੀਆਂ ਸਾਰੀਆਂ ਪੋਸਟਾਂ ਦੀ ਤਿਆਰੀ ਕਰ ਰਹੇ ਹਨ, ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ। ਟੌਪ ਦੇ MCQ ਲੈ ਕੇ ਆਇਆ, ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਜਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਣ। ਸੋ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ, ਅਤੇ ਜਿਹੜੇ ਦੋਸਤ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਗਰੁੱਪ ਦਾ ਲਿੰਕ ਦਿੱਤਾ ਹੈ, ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਲੈਣਾ ਚਾਹੁੰਦੇ ਹਨ, ਲਗਭਗ 30-32 ਕਲਾਸਾਂ ਦੀਆਂ PDF ਲੈਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹ ਆਹ ਦਿੱਤੇ ਨੰਬਰ 9641 & 15144 'ਤੇ ਤੁਸੀਂ ਗੂਗਲ ਪੇ ਜਾਂ ਫੋਨਪੇ ਕਰਕੇ 200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲ PDF ਲੈ ਸਕਦੇ ਹੋ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰ ਦੇਵੇ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਇੱਕ ਕੁਐਸਚਨ ਹੈ ਜੀ, ਬਿਜਲੀ ਬਣਾਉਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ? ਬਿਜਲੀ ਬਣਾਉਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ? ਮੋਸਟ ਇੰਪੋਰਟੈਂਟ ਕੁਐਸਚਨ, ਪਹਿਲਾ ਫਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ, ਮੋਟਰ, ਜਰਨੇਟਰ, ਟਰਬਾਈਨ ਜਾਂ ਪੰਪ? ਸੋ ਦੋਸਤੋ ਇਸਦਾ ਰਾਈਟ ਆਨਸਰ ਹੈ ਜਰਨੇਟਰ। ਜਰਨੇਟ ਕਿਸੇ ਚੀਜ਼ ਨੂੰ ਕਰਨਾ, ਜਰਨੇਟਰ ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ। ਕੁਐਸਚਨ ਨੰਬਰ ਹੈ 2, ਕਹਿੰਦਾ LED ਲੈਂਪ ਨੂੰ ਕਿਉਂ ਜ਼ਿਆਦਾ ਚੰਗਾ ਸਮਝਿਆ ਜਾਂਦਾ? ਜਿਹੜੇ ਆਪਣੇ ਘਰਾਂ ਦੇ ਵਿੱਚ LED ਬਲਬ ਲੱਗੇ ਹੋਏ ਹਨ, ਉਹਨਾਂ ਨੂੰ ਕਿਉਂ ਜ਼ਿਆਦਾ ਚੰਗਾ ਸਮਝਿਆ ਜਾਂਦਾ ਹੈ? ਹਾਂਜੀ ਦੋਸਤੋ, ਜ਼ਿਆਦਾ ਰੋਸ਼ਨੀ ਘੱਟ ਵੋਲਟੇਜ ਕਰਕੇ, ਸਸਤਾ ਹੋਣ ਕਰਕੇ, ਸੋਹਣਾ ਹੋਣ ਕਰਕੇ ਜਾਂ ਜ਼ਿਆਦਾ ਰੋਸ਼ਨੀ ਕਰਕੇ? ਸੋ ਦੋਸਤੋ ਇਸਦਾ ਜੋ ਰਾਈਟ ਆਨਸਰ ਹੈ ਉਹ ਹੈ ਜ਼ਿਆਦਾ ਰੋਸ਼ਨੀ ਅਤੇ ਘੱਟ ਵਾਟਸ ਕਰਕੇ। ਠੀਕ ਹੈ ਦੋਸਤੋ, ਜ਼ਿਆਦਾ ਰੋਸ਼ਨੀ ਐਂਡ ਘੱਟ ਵਾਟਸ ਕਰਕੇ। ਨੈਕਸਟ ਕੁਐਸਚਨ 'ਤੇ ਚਲੀਏ ਦੋਸਤੋ। ਕੁਐਸਚਨ ਨੰਬਰ ਹੈ 3, ਓਵਰਹੈੱਡ ਲਾਈਨ ਵਿੱਚ ਕ੍ਰਾਸ ਆਰਮ ਦੁਆਰਾ ਕਿਸ ਕਿਸਮ ਦਾ ਕੰਮ ਕੀਤਾ ਜਾ ਸਕਦਾ ਹੈ? ਕ੍ਰਾਸ ਆਰਮ ਦੁਆਰਾ ਜਿਹੜੇ ਵੀ ਕ੍ਰੋਸ ਲੱਗੇ ਹੁੰਦੇ ਹਨ, ਖੰਭਿਆਂ ਦੇ ਵਿਚਕਾਰ ਲਾਈਨਾਂ ਦੀ ਢਿੱਲ ਨੂੰ ਘਟਾਉਣਾ, ਇੰਸੂਲੇਟਰਾਂ ਨੂੰ ਫੜਨਾ ਜਿੱਥੇ ਕਨੈਕਟਰ ਨੂੰ ਬੰਨਿਆ ਜਾਂਦਾ ਹੈ, ਕੰਡਕਟਰਾਂ ਵਿਚਕਾਰ ਸ਼ਾਰਟ ਹੋਣ ਤੋਂ ਬਚਾਉਣਾ ਜਾਂ ਓਵਰਹੈੱਡ ਖੰਭੇ ਨੂੰ ਵਧੇਰੇ ਸਹਾਰਾ ਦੇਣਾ? ਸੋ ਦੋਸਤੋ ਇਸਦਾ ਰਾਈਟ ਆਨਸਰ ਹੈ ਉਹ ਹੈ ਇੰਸੂਲੇਟਰਾਂ ਨੂੰ ਫੜਨਾ ਜਿੱਥੇ ਕੰਡਕਟਰਾਂ ਨੂੰ ਬੰਨਿਆ ਜਾਂਦਾ ਹੈ। ਇੱਥੇ ਇੱਕ ਪਿੰਨ ਟਾਈਪ ਇੰਸੂਲੇਟਰ ਵਰਤਦੇ ਜਾਂਦੇ ਹਾਂ, ਜਿਹੜਾ ਪੋਲ ਦੇ ਉੱਪਰਲੇ ਪਾਸ ਹੁੰਦਾ ਉਸ ਨੂੰ ਕਹਿੰਦੇ ਹਨ ਟੌਪ ਐਂਬਰ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ 'ਤੇ ਚਲੀਏ ਜੀ। ਕੁਐਸਚਨ ਨੰਬਰ ਹੈ 4, ਹੇਠ ਦਿੱਤੇ ਵਿੱਚੋਂ ਕਿਹੜਾ ਘੱਟ ਪ੍ਰਤੀਰੋਧ ਦਾ ਇੱਕ ਉਦਾਹਰਨ ਹੈ? ਸੰਪਰਕ ਪ੍ਰਤੀਰੋਧ, ਇੰਸੂਲੇਸ਼ਨ ਪ੍ਰਤੀਰੋਧ, ਰਿਲੇ ਕੋਇਲ ਪ੍ਰਤੀਰੋਧ ਜਾਂ ਸ਼ੰਟ ਖੇਤਰ ਪ੍ਰਤੀਰੋਧ? ਜੀ ਦੋਸਤੋ ਇਸਦਾ ਜੋ ਰਾਈਟ ਆਨਸਰ ਹੈ ਉਹ ਹੈ ਸੰਪਰਕ ਪ੍ਰਤੀਰੋਧ।
ਆਪਸ਼ਨ ਨੰਬਰ ਏ ਇਜ਼ ਬਿਲਕੁਲ ਰਾਈਟ ਆਨਸਰ। ਨੈਕਸਟ ਕੁਐਸਚਨ ਤੇ ਚੱਲੀਏ ਦੋਸਤੋ। 3 ਫੇਸ ਇੰਡਕਸ਼ਨ ਮੋਟਰ ਦੇ ਚਾਲੂ ਹੋਣ ਦੌਰਾਨ ਇੱਕ ਫੇਸ ਫੇਲ ਹੋਣ ਤੇ ਕੀ ਹੋਵੇਗਾ? ਹਾਂਜੀ, ਮੋਟਰ ਚਲਦੀ ਰਹੇਗੀ ਅਤੇ ਹੋਰ ਕਰੰਟ ਖਿੱਚਦੀ ਹੈ। ਮੋਟਰ ਲਗਾਤਾਰ ਘੱਟ ਸਪੀਡ ਵਿੱਚ ਚਲਦੀ ਰਹੇਗੀ। ਮੋਟਰ ਲਗਾਤਾਰ ਅਨਿਯਮਿਤ ਗਤੀ ਤੇ ਚਲਦੀ ਹੈ ਜਾਂ ਮੋਟਰ ਚਲਦੀ ਹੈ ਤੇ ਤੁਰੰਤ ਰੁਕ ਜਾਂਦੀ ਹੈ? ਸੋ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਮੋਟਰ ਚਲਦੀ ਹੈ ਅਤੇ ਤੁਰੰਤ ਰੁਕ ਜਾਂਦੀ ਹੈ। ਮੋਟਰ ਚਲਦੀ ਹੈ ਅਤੇ ਤੁਰੰਤ ਰੁਕ ਜਾਂਦੀ ਹੈ। ਠੀਕ ਹੈ ਦੋਸਤੋ, ਅੱਗੇ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ। ਕੁਐਸਚਨ ਨੰਬਰ ਹੈ 6। 6 ਨੰਬਰ ਕੁਐਸਚਨ ਹੈ, ਕਿਰਚੌਫ ਦੇ ਦੂਜੇ ਨਿਯਮ ਨੂੰ ਡੈਸ਼ ਵਜੋਂ ਜਾਣਿਆ ਜਾਂਦਾ ਹੈ। ਜੀ ਦੋਸਤੋ, ਕਿਰਚੌਫ ਦਾ ਕਰੰਟ ਨਿਯਮ, ਕਿਰਚੌਫ ਦਾ ਲੂਪ ਨਿਯਮ, ਕਿਰਚੌਫ ਦਾ ਨੋਡਲ ਨਿਯਮ ਜਾਂ ਕਿਰਚੌਫ ਦਾ ਜੰਕਸ਼ਨ ਨਿਯਮ? ਸੋ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਿਰਚੌਫ ਦਾ ਲੂਪ ਨਿਯਮ। ਰਾਈਟ ਦੋਸਤੋ, ਅੱਗੇ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਦੋਸਤੋ। ਕੁਐਸਚਨ ਨੰਬਰ ਹੈ 7, ਯਾਨੀ ਕਿ 7 ਨੰਬਰ, ਹੇਠ ਲਿਖਿਆਂ ਵਿੱਚੋਂ ਟ੍ਰਾਂਸਫਾਰਮਰ ਕਿਸ ਤੇ ਕੰਮ ਕਰਦਾ ਹੈ? ਏਸੀ ਤੇ, ਡੀਸੀ ਤੇ, ਦੋਨਾਂ ਤੇ ਜਾਂ ਕਿਸੇ ਤੇ ਨਹੀਂ? ਸੋ ਦੋਸਤੋ, ਇਸ ਦਾ ਰਾਈਟ ਆਨਸਰ ਹੈ ਉਹ ਹੈ ਏਸੀ ਤੇ। ਜੇਕਰ ਪੁੱਛ ਲਵੇ ਟ੍ਰਾਂਸਫਾਰਮ ਹੇਠ ਲਿਖਿਆਂ ਵਿੱਚੋਂ ਟ੍ਰਾਂਸਫਾਰਮ ਕਿਸ ਤੇ ਨਹੀਂ ਕੰਮ ਕਰਦਾ ਅਤੇ ਨਹੀਂ ਹੁੰਦਾ ਤਾਂ ਆਉਣਾ ਸੀ ਡੀਸੀ ਉੱਤੇ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਤੇ ਚਲੀਏ ਜੀ। ਕੁਐਸਚਨ ਨੰਬਰ ਹੈ 8, ਹੇਠ ਲਿਖਿਆਂ ਵਿੱਚੋਂ ਟ੍ਰਾਂਸਫਾਰਮਰ ਦੀ ਪ੍ਰਾਇਮਰੀ ਅਤੇ ਸੈਕੰਡਰੀ ਕਪਲ, ਸੈਕੰਡਰੀ ਡੈਸ਼ ਕਪਲ ਹੁੰਦੀ ਹੈ ਇਲੈਕਟ੍ਰੀਕਲੀ, ਚੁੰਬਕੀ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਜੀ ਦੋਸਤੋ, ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਚੁੰਬਕੀ। ਇੱਥੇ ਆ ਜਾਏਗਾ ਸੈਕੰਡਰੀ, ਚੁੰਬਕੀ ਕਪਲ ਹੁੰਦੀ ਹੈ। ਨੈਕਸਟ ਕੁਐਸਚਨ ਚੱਲੀਏ ਦੋਸਤੋ। ਕੁਐਸਚਨ ਨੰਬਰ ਹੈ 9, ਹੇਠ ਲਿਖਿਆਂ ਵਿੱਚੋਂ ਟ੍ਰਾਂਸਫਾਰਮਰ ਡੈਸ ਡਿਵਾਈਸ ਹੈ, ਸਥਿਰ ਹੈ, ਇੰਡਕਟਿਵ ਕਲੱਪਿੰਗ ਹੈ, ਕੰਪੈਸਟਿਵ ਹੈ ਕਲੱਪਿੰਗ ਹੈ ਜਾਂ ਇਲੈਕਟ੍ਰਿਕ ਕਲੱਪਿੰਗ ਹੈ? ਸੋ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸਥਿਰ। ਨੈਕਸਟ ਕੁਐਸਚਨ ਚੱਲੀਏ ਜੀ। ਕੁਐਸਚਨ ਨੰਬਰ ਹੈ 10, ਸਿੰਗਲ ਫੇਸ ਟ੍ਰਾਂਸਫਾਰਮਰ ਦੀ ਕੋਰ ਵਿੱਚ ਫਲਕਸ ਡੈਸ਼ ਹੁੰਦੀ ਹੈ, ਸ਼ੁੱਧ ਅਲਟਰਨੇਟਿੰਗ, ਸ਼ੁੱਧ ਰੋਟੇਟਿੰਗ, ਕੁਝ ਅਲਟਰਨੇਟਿੰਗ ਅਤੇ ਕੁਝ ਰੋਟੇਟਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਸੋ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸ਼ੁੱਧ ਅਲਟਰਨੇਟਿੰਗ। ਠੀਕ ਹੈ ਦੋਸਤੋ, ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਕੁਐਸਚਨ ਨੰਬਰ ਹੈ 11, ਟ੍ਰਾਂਸਫਾਰਮਰ ਵਧਾ ਘਟਾ ਸਕਦਾ ਹੈ, ਕਿਸ ਨੂੰ ਵਧਾ ਘਟਾ ਸਕਦਾ ਹੈ? ਦੋ ਫੇਸ ਸਪਲਾਈ ਨੂੰ, ਤਿੰਨ ਫੇਸ ਸਪਲਾਈ ਨੂੰ, ਡੀਸੀ ਸਪਲਾਈ ਨੂੰ ਜਾਂ ਏਸੀ ਸਪਲਾਈ ਨੂੰ? ਜੀ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ
ਦੋਸਤੋ ਉਹ ਹੈ ਏਸੀ ਸਪਲਾਈ ਨੂੰ। ਏਸੀ ਸਪਲਾਈ ਨੂੰ ਨੈਕਸਟ ਕੁਐਸਚਨ ਚਲੀਏ ਦੋਸਤੋ। ਕੁਐਸਚਨ ਨੰਬਰ ਹੈ 12, ਟਰਾਂਸਫਾਰਮਰ ਵਿੱਚ ਕਿਹੜੀਆਂ ਹਾਨੀਆਂ ਲੋੜ ਅਨੁਸਾਰ ਪਰਿਵਰਤਿਤ ਹੁੰਦੀਆਂ ਹਨ? ਐਡੀ ਕਰੰਟ ਹਾਨੀਆਂ, ਕਾਪਰ ਹਾਨੀਆਂ, ਕੋਰ ਹਾਨੀਆਂ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਸੋ ਦੋਸਤੋ ਇਸਦਾ ਰਾਈਟ ਆਂਸਰ ਹੈ ਕਾਪਰ ਹਾਨੀਆਂ। ਬੀ ਬਿਲਕੁਲ ਰਾਈਟ ਆਂਸਰ ਹੈ ਇਸਦਾ। ਨੈਕਸਟ ਕੁਐਸਚਨ ਦੇ ਚਲੀਏ ਜੀ। ਟਰਾਂਸਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਨਮੀ ਨੂੰ ਸੋਖਦਾ ਹੈ ਜੀ ਦੋਸਤੋ? ਸੋ ਦੋਸਤੋ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ। ਐਂਡ ਜਿਨ੍ਹਾਂ ਦੋਸਤਾਂ ਨੇ ਸਾਰੀਆਂ ਕਲਾਸਾਂ ਦੀਆਂ 30-32 ਕਲਾਸਾਂ ਦੀਆਂ PDF ਲੈਣੀਆਂ ਹਨ ਤਾਂ ਇਸ ਨੰਬਰ 'ਤੇ 9946615144 ਓਨਲੀ 200 ਰੁਪਏ ਗੂਗਲ ਪੇ ਕਰਕੇ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਸੋ ਟਰਾਂਸਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਨਮੀ ਸੋਖਦਾ ਹੈ? ਸੋਡੀਅਮ ਕਲੋਰਾਈਡ, ਅਮੋਨੀਅਮ ਕਲੋਰਾਈਡ, ਜਾਂ ਕੈਲਸ਼ੀਅਮ ਕਲੋਰਾਈਡ, ਜਾਂ ਉਪਰੋਕਤ ਸਾਰੇ? ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਂਸਰ ਹੈ ਕੈਲਸ਼ੀਅਮ ਕਲੋਰਾਈਡ। ਠੀਕ ਹੈ ਦੋਸਤੋ ਨੈਕਸਟ ਕੁਐਸਚਨ 'ਤੇ ਚਲੀਏ ਜੀ। ਕੁਐਸਚਨ ਨੰਬਰ ਹੈ 14, ਟਰਾਂਸਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਭਰਿਆ ਜਾਂਦਾ ਹੈ? ਸੋਡੀਅਮ ਕਲੋਰਾਈਡ, ਕੈਲਸ਼ੀਅਮ ਕਲੋਰਾਈਡ, ਸੁੱਕੀ ਰੇਤ, ਜਾਂ ਕਾਰਬਾਈਟ? ਜੀ ਦੋਸਤੋ ਸੋ ਇਸ ਦਾ ਰਾਈਟ ਆਂਸਰ ਹੈ ਕੈਲਸ਼ੀਅਮ ਕਲੋਰਾਈਡ। ਬੀ ਬਿਲਕੁਲ ਰਾਈਟ ਆਂਸਰ ਇਸ ਦਾ ਦੋਸਤੋ। ਠੀਕ ਹੈ ਜੀ ਨੈਕਸਟ ਕੁਐਸਚਨ ਚਲੀਏ ਦੋਸਤੋ। ਨਮੀ ਸੋਖਣ ਦਾ ਕਾਰਨ ਸਿਲਕਾ ਜੈੱਲ ਦਾ ਰੰਗ ਹੋ ਜਾਂਦਾ ਹੈ? ਨਮੀ ਸੋਖਣ ਦਾ ਕਾਰਨ ਹੈ ਸਿਲਕਾ ਜੈੱਲ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ? ਕਾਲਾ, ਗੁਲਾਬੀ, ਪੀਲਾ, ਨੀਲਾ? ਜੀ ਦੋਸਤੋ ਜਲਦੀ ਜਲਦੀ ਦੱਸੋ ਜੀ। ਸੋ ਇਸਦਾ ਰਾਈਟ ਆਂਸਰ ਹੈ ਉਹ ਹੈ ਦੋਸਤੋ ਗੁਲਾਬੀ। ਠੀਕ ਹੈ ਦੋਸਤੋ ਅਸੀਂ ਇੱਕ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਸਿਲਕਾ ਜੈੱਲ ਬਰੀਦਰ ਕੀ ਹੁੰਦਾ, ਸਿਲਕਾ ਜੈੱਲ ਕੀ ਹੁੰਦਾ ਹੈ, ਜਦੋਂ ਸਹੀ ਹੁੰਦਾ ਉਸ ਟਾਈਮ ਕਿਸ ਤਰ੍ਹਾਂ ਦਾ ਇਸ ਦਾ ਕਲਰ ਹੁੰਦਾ ਹੈ, ਸਾਰੇ ਵਿਖਾਏ ਹੋਏ ਆ ਜੀ। ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ। ਸੋ ਜਿਹੜੇ ਦੋਸਤ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਸੋ ਮਿਲਦੇ ਹਾਂ ਨੈਕਸਟ ਕਲਾਸ ਵਿੱਚ। ਥੈਂਕ ਯੂ ਵੈਰੀ ਮੱਚ।